ਅਸੀਂ ਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਸਟੂਡੈਂਟਸ ਹਾਂ ਤੇ ਆਪਾਂ ਇੱਥੇ 7 ਦਿਨਾਂ ਤੋਂ ਬੈਠੇ ਹਾਂ। ਸਾਡੀ ਬੇਸਿਕ ਡਿਮਾਂਡ ਇਹ ਹੈ ਕਿ ਜਿਹੜਾ ਸਾਡਾ ਕੋਰਸ ਹੈ 5.5 ਸਾਲ ਦਾ, ਸਾਨੂੰ 4 ਸਾਲ ਬਾਅਦ ਉਤੋਂ ਐਗਜ਼ਿਟ ਪਾਲਿਸੀ ਦਿੱਤੀ ਜਾਵੇ ਤਾਂ ਕਿ ਆਪਾਂ ਅੱਗੇ ਆਪਣੇ ਫਿਊਚਰ ਬਾਰੇ ਕੁਝ, ਜਾਂ ਕਿਸੇ ਨੇ ਡਿਫੈਂਸ 'ਚ ਜਾਣਾ ਹੈ ਜਾਂ ਕਿਸੇ ਨੇ ਐਫਕੈਟ ਦੇਣਾ, ਉਹ ਦੇ ਸਕਦੇ ਅਤੇ ਉਹਦੇ ਵਾਸਤੇ ਅਸੀਂ ਇੱਥੇ ਬੈਠੇ ਹਾਂ। ਸਾਰੇ ਅਸੀਂ ਕੈਮੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਤੋਂ ਆ, ਫਸਟ ਈਅਰ, ਸੈਕਿੰਡ ਈਅਰ ਅਤੇ ਥਰਡ ਈਅਰ। ਸਾਡੀ ਮੇਨ ਡਿਮਾਂਡ ਇਹੀ ਹੈ ਕਿ ਸਾਨੂੰ ਸਾਡਾ 5.5 ਸਾਲ ਦਾ ਕੋਰਸ ਹੈ ਅਤੇ ਸਾਨੂੰ 4 ਸਾਲ ਤੋਂ ਬਾਅਦ ਛੱਡ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਜਿਹਨੂੰ ਅਸੀਂ ਐਗਜ਼ਿਟ ਪਾਲਿਸੀ ਦੇ ਨਾਮ ਦਿੱਤਾ। AICTE ਗਾਈਡਲਾਈਨਸ ਦੇ ਅਕੋਰਡਿੰਗਲੀ 4 ਸਾਲ 5.5 ਸਾਲ ਦਾ ਕੋਰਸ ਵਿੱਚ 4 ਸਾਲ ਤੋਂ ਬਾਅਦ ਬੱਚੇ ਨੂੰ ਛੱਡ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਡਿਗਰੀ ਲੈ ਕੇ ਬੱਚਾ ਛੱਡ ਕੇ ਜਾ ਸਕਦਾ, ਲੇਕਿਨ ਸਾਡੇ ਡਿਪਾਰਟਮੈਂਟ ਵਾਲੇ ਸਾਨੂੰ ਜਾਣ ਨਹੀਂ ਦਿੰਦੇ। ਅਤੇ ਸਾਡੀ ਸਭ ਤੋਂ ਮੇਨ ਡਿਮਾਂਡ ਇਹ ਹੈ ਕਿ ਸਾਨੂੰ ਛੱਡ ਕੇ ਜਾਣ ਦਿੱਤਾ ਜਾਵੇ, ਕਿਉਂਕਿ ਨਾ ਕਦੀ ਸਾਨੂੰ ਕੋਈ ਰਿਸਪੌਂਸ ਦੇ ਰਿਹਾ। ਅਸੀਂ ਪਿਛਲੇ ਮੰਗਲਵਾਰ ਤੋਂ ਧਰਨੇ 'ਤੇ ਬੈਠੇ ਹਾਂ, ਲੇਕਿਨ ਸਾਨੂੰ ਕੋਈ ਰਿਸਪੌਂਸ ਨਹੀਂ ਆ ਰਿਹਾ, ਨਾ ਕੋਈ ਰਿਟਰਨ 'ਚ ਆਉਂਦਾ। ਕੋਈ 2-4 ਗੱਲਾਂ ਦੱਸ ਜਾਂਦਾ, ਲੇਕਿਨ ਕੋਈ ਰਿਟਰਨ ਸਾਡੇ ਕੋਲ ਕੋਈ ਪ੍ਰੂਫ ਨਹੀਂ ਆ ਰਿਹਾ। ਕਦੀ ਕੋਈ ਕੁਝ ਕਹਿ ਜਾਂਦਾ, ਕਦੀ ਕੋਈ ਕੁਝ ਕਹਿ ਜਾਂਦਾ। ਕਿਸੇ ਦਾ ਕੋਈ ਪਰਟੀਕੁਲਰ ਰੀਜ਼ਨ ਨਹੀਂ ਆ ਰਿਹਾ ਜਿਸ ਕਰਕੇ ਅਸੀਂ ਉਹ ਹੋ ਜਾਏ ਕਿ ਹਾਂ ਸਾਡਾ ਕੰਮ ਹੋ ਜਾਏਗਾ, ਲੇਕਿਨ ਸਾਨੂੰ 7 ਦਿਨ ਹੋ ਚੁੱਕੇ, ਸਾਡਾ ਹਾਲ ਤੱਕ ਕੋਈ ਕੰਮ ਨਹੀਂ ਹੋਇਆ।